ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 'ਚ ਹੰਗਾਮਾ ਹੋ ਗਿਆ। ਦੱਸ ਦਿਓ ਕਿ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਅਧਿਆਪਕ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ ਅਤੇ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਲੋਨੀ ਨੇੜੇ ਚੰਡੀਗੜ੍ਹ ਰੋਡ ਵੀ ਜਾਮ ਕਰ ਦਿੱਤਾ। ਉੱਧਰ ਮੌਕੇ 'ਤੇ ਪਹੁੰਚੀ ਥਾਣਾ ਜਮਾਲਪੁਰ ਦੀ ਪੁਲਿਸ ਨੇ ਪ੍ਰਦਰਸ਼ਨਕਾਰੀ ਬੱਚੇ ਅਤੇ ਉਹਦੇ ਪਰਿਵਾਰ ਨੂੰ ਸੜਕ ਤੋਂ ਹਟਾਇਆ ਅਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮੇਰਾ ਨਾਮ ਕਮਲਜੀਤ ਕੌਰ ਆ। ਮੈਡਮ, ਤੁਹਾਡੇ ਤੇ ਇਲਜ਼ਾਮ ਆ ਕਿ ਤੁਸੀਂ ਬੱਚਿਆਂ ਨਾਲ ਮਾਰਪੀਟ ਕੀਤੀ ਹੈ। ਹਾਂਜੀ, ਕੀ ਗੱਲ ਹੋ ਗਈ? ਇਹਨੇ ਮੈਂ ਵਾਤਾਵਰਣ ਦਾ ਲੈਸਨ ਪੜ੍ਹਾਉਂਦੀ ਸੀਗੀ, ਉਹਦੇ ਵਿੱਚ ਲੋੜਾਂ ਸ਼ਬਦ ਆਇਆ, ਬੱਚੇ ਲੋੜਾ ਲੋੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ, ਉਹਦੀ ਮੰਮੀ ਮੇਰੇ ਕੋਲ ਆਈ, ਮੈਂ ਉਹਦੀ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉੱਤੇ। ਬੱਚੇ ਨੂੰ ਡਾਂਟਿਆ ਫਟਕਾਰਿਆ ਅਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ। ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ। ਬਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੋਂਸੀਬਲ ਆ? ਕਲਾਸ ਟੀਚਰ ਨਾ, ਕਲਾਸ ਟੀਚਰ ਰਿਸਪੋਂਸੀਬਲ ਆ। ਜੇ ਮੈਂ ਉਹਨਾਂ ਨੂੰ ਕੁਛ ਮਾਰਤਾ, ਥੱਪੜ ਲਗਾਏ ਜਾਂ ਡੰਡੇ ਲਗਾਏ, ਮੈਂ ਉਹਨਾਂ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ 'ਤੇ ਤੋਰ ਰਹੀ ਹਾਂ। ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਵੀਰਵਾਰ ਨੂੰ ਚੌਂਕੀ ਆ? ਮੈਨੂੰ ਕੀ ਜ਼ਰੂਰਤ ਆ ਕਹਿਣ ਦੀ ਜੀ, ਮੈਂ ਕਹਾਂ ਚੂ ਬੈਕਅਪ ਲਾਉਂਗੀ ਚੌਂਕੀ, ਮੈਂ ਤਾਂ ਸਕੂਲ 'ਤੇ ਸਕੂਲ 'ਚ ਆਉਂਦੀ ਹਾਂ। ਬੱਚੇ ਝੂਠ ਬੋਲਦੇ? ਮਤਲਬ ਜੇ ਮੈਂ ਚੌਂਕੀ ਲਾਉਂਦੀ ਹੋਵਾਂ, ਮੈਂ ਘਰੇ ਛੁੱਟੀ ਲੈ ਕੇ ਬੈਠਾ। ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚੇ ਝੂਠ ਬੋਲ ਰਹੇ ਆ? ਹਾਂਜੀ। ਮੈਡਮ, ਇੱਕ ਹੋਰ ਸੀ ਕਿ ਕਹਿੰਦੇ ਪਏ ਸੀ ਤੁਹਾਡੇ ਨਾਲ ਇੱਕ ਲੇਡੀਜ਼ ਹੋਰ ਸੀਗੀ ਜਿਨ੍ਹਾਂ ਨੇ ਬੱਚਿਆਂ 'ਤੇ ਵੀ ਹਮਲਾ ਕੀਤਾ, ਤਾਂ ਉਹਨਾਂ ਮਾਪੇ 'ਤੇ ਵੀ ਹਮਲਾ ਕੀਤਾ, ਮੋਬਾਈਲ ਤੋੜਿਆ ਤਾਂ ਉਹਨਾਂ ਦਾ ਮਿਡੀ ਲੇਡੀਜ਼? ਕੋਈ ਨਹੀਂ ਜੀ, ਮੋਬਾਈਲ ਤੋੜਿਆ ਉਹਨਾਂ ਦੇ, ਉਹਨਾਂ ਨੇ ਗਲਾ ਫੜਿਆ ਵਾ, ਗਲੇ 'ਤੇ ਉਹਨਾਂ ਦੇ ਸਕਰੈਚਸ ਪਏ ਨੇ, ਨੌ ਮਾਰੇ ਹੋਏ ਨੇ, ਉਹਨਾਂ ਨੇ ਆਪਦਾ ਮੈਡੀਕਲ ਕਰਾਉਣ ਗਏ ਨੇ। ਜਦੋਂ ਉਹਨਾਂ ਦਾ ਮੈਡੀਕਲ ਹੋ ਜੂਗਾ ਫਿਰ ਪਤਾ ਲੱਗ ਜੂਗਾ ਤੁਹਾਨੂੰ ਹਕੀਕਤ ਕੀ ਆ। ਮੈਡਮ, ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ, ਉਹਨਾਂ ਨੂੰ ਬਾਂਝ ਕਹਿ ਰਹੀ ਆ, ਖੁਸਰੀ ਕਹਿ ਰਹੀ ਆ, ਗਾਲਾਂ ਕੱਢ ਰਹੀ ਆ। ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ, ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ। ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਈਆ ਜਮ੍ਹਾਂ ਕਰਾਉਣਾ। 2 ਸਾਲ ਤੱਕ ਮੈਂ 500 ਰੁਪਈਆ ਜਮ੍ਹਾਂ ਕਰਾਉਂਦੀ ਰਹੀ ਹਾਂ, ਜਦੋਂ ਦਾ ਮੈਂ 500 ਰੁਪਈਆ ਜਮ੍ਹਾਂ ਕਰਾਉਣਾ ਬੰਦ ਕਰਤਾ, ਜਦੋਂ ਦੇ ਸਾਰਾ ਸਟਾਫ ਮੇਰੇ ਨਾਲ ਲੱਗਦਾ ਵਾ। ਪੂਰੇ ਸਕੂਲ ਦੇ ਨਹੀਂ ਜੀ, ਮੇਰੀ ਕਲਾਸ ਦੇ ਨੇ। ਸਾਰੇ ਬੱਚਿਆਂ ਨੂੰ ਕੁੱਟਿਆ ਗਿਆ? ਸਾਰਿਆਂ ਨੂੰ ਕੁੱਟਿਆ ਗਿਆ। ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਹੇ ਆ? ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਮੈਂ ਜ਼ਿੰਮੇਵਾਰ ਹਾਂ। ਜਦੋਂ ਮੈਂ ਇਹਨਾਂ ਨੂੰ ਕੱਲ੍ਹ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਿਹਾ, ਮੈਂ ਆਪਣੇ ਪੇਰੈਂਟਸ ਸੱਦ ਲਿਆ, ਮੈਂ ਸਾਰਿਆਂ ਨੂੰ ਰਿਸਪੋਂਸ ਦਊਂਗੀ, ਸਾਰਿਆਂ ਨੂੰ ਮੈਂ ਸੈਟਿਸਫਾਈ ਕਰੂੰਗੀ। ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ। ਹਾਂਜੀ, ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ, ਬਹੁਤ ਵਾਰ, ਕੋਈ ਕਾਰਵਾਈ ਨਹੀਂ ਕੀਤੀ। ਸਰ, ਕੋਈ ਮਾਮਲਾ ਪਹੁੰਚ ਗਿਆ ਬੱਚੇ ਮਾਰਪੋਰਟ ਦਾ, ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਕੀ ਰਿਪਲਾਈ ਦਊਂਗੇ? ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ, ਹੋਰ ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਹੈਗਾ। ਤੁਹਾਡੀ ਇੱਥੇ ਪੋਸਟ ਕੀ ਹੈ? ETT ਟੀਚਰ। ਹਾਂਜੀ ਹਾਂਜੀ, ਬੱਚਿਆਂ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ੍ਹ ਕੁੱਟਮਾਰ ਕੀਤੀ ਹੈ, ਅਸੀਂ ਬੱਚਿਆਂ ਨੂੰ ਵੀ ਮਿਲੇ ਹਾਂ, ਅਤੇ ਜੋ ਇਹਦਾ ਟੀਚਰ 'ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ। ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ, ਕਿਉਂਕਿ ਬੱਚੇ ਇੱਕ ਤਾਂ ਬੜੇ ਛੋਟੇ ਆ, ਸੌਫਟ ਆ, ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ। ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ, ਉਹਨਾਂ ਦੀ ਗੱਲਬਾਤ ਸੁਣ ਲਈ ਹੈ, ਅਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਦੇਖੋ ਜੀ, ਅੱਜ ਦੇ ਯੁੱਗ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ, ਅੱਜ ਵਿਗਿਆਨ ਦਾ ਯੁੱਗ ਆ,
ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੈਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ। ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂੰਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ, ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ 'ਤੇ, ਮੈਨੂੰ ਜੋ ਸਮਝ ਆਉਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ 'ਤੇ ਕੋਈ ਪ੍ਰੋਬਲਮ ਹੋਏਗੀ, ਇਹੋ ਜਿਹੀਆਂ ਗੱਲਾਂ ਨੂੰ ਮੇਰੇ ਖਿਆਲ 'ਚ ਅੱਜ ਦੇ ਯੁੱਗ ਦੇ ਵਿੱਚ ਮੰਨਣ ਦਾ ਕੋਈ ਜ਼ਰੂਰੀ ਉਲੰਘਣਾ ਕੀਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ ਪਾਸ ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਜਿਹੜੇ ਹੋਣਗੇ, ਕਿਹੜੇ ਵੀ ਸਕੂਲ ਹੋਣ, ਜਿਹੜੇ ਕੋਨਵੈਂਟ ਵੀ ਹੋਣ ਅਤੇ ਜਿਹੜੇ ਮਰਜ਼ੀ ਹੋਣ, ਉਹ 'ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ, ਉਹਦੇ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਬਿਲਕੁਲ 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 ਜੀ, ਜੋ ਵੀ ਵੱਧ ਤੋਂ ਵੱਧ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਜੀ। ਅਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਵਾ, ਬਿਲਕੁਲ ਹੈਗੀਆਂ ਵਾ, ਔਰ ਇਹਦੇ 'ਤੇ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ। ਕਿਸੇ ਵੀ ਟੀਚਰ ਨੂੰ ਕੋਈ ਰਾਈਟ ਨਹੀਂ ਹੈ ਬੱਚੇ ਦੇ ਉੱਤੇ ਹੱਥ ਚੱਕਣ ਦਾ, ਕਾਰਪੋਰਲ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ। ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ 'ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ। ਕਿੰਨੇ ਕੁ ਬੱਚੇ ਨੇ ਜਿਨ੍ਹਾਂ ਨੂੰ ਪ੍ਰਾਰਥਿਤ ਕੀਤਾ ਗਿਆ, ਕੁੱਟਮਾਰ ਕੀਤੀ ਗਈ ਜਿਨ੍ਹਾਂ ਨਾਲ? ਕਹਿੰਦੇ ਆ 10-15 ਬੱਚੇ, 10-15 ਬੱਚੇ। ਕਿੰਨੇ ਵਜੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ, ਕਿੰਨੇ ਵਜੇ ਦਾ ਵਾਕਿਆ? ਇਹ ਰਿਸੈਸ ਤੋਂ ਪਹਿਲੇ ਕਿੰਨੇ ਟਾਈਮ, 11 ਵਜੇ ਤੋਂ ਪਹਿਲੇ ਦਾ? 11:30 ਵਜੇ ਦਾ। ਉਸ ਤੋਂ ਬਾਅਦ ਬੱਚਿਆਂ ਨੇ ਕੀ ਕੀਤਾ ਤੁਹਾਡੇ ਨਾਲ, ਪਰੇਡ ਕਦੋਂ ਪਹੁੰਚੀ? ਸਾਡੇ ਮੈਨੂੰ ਅੱਜ ਸਵੇਰੇ 8:30 ਵਜੇ BPO ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ, ਤੇ ਇਮੀਡੀਏਟ ਫਿਰ ਮੈਂ ਲੁਧਿਆਣੇੋਂ ਆਣਾ ਸੀ, ਜਿੰਨਾ ਮੈਨੂੰ ਆਣ ਚ ਟਾਈਮ ਲੱਗਿਆ ਬਸ ਉਹੀ ਆ। ਅਸੀਂ ਪਹੁੰਚੇ ਆ, ਪੇਰੈਂਟਸ ਨੂੰ ਮਿਲੇ ਆ, ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ। ਹਾਂਜੀ, ਕਾਰਵਾਈ ਕੀ ਅਮਲ 'ਚ ਲਿਆਂਦੀ ਜਾਊਗੀ ਤੁਹਾਡੇ ਵੱਲੋਂ, ਇੱਕ ਜਵਾਬ ਚਾਹੀਦਾ? ਦੇਖੋ ਜੀ, ਵੱਧ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ, ਤੁਹਾਡੇ ਸਾਹਮਣੇ ਆ ਜਾਊਗੀ। ਅਜੇ ਮੈਂ ਕੁਛ ਨਹੀਂ, ਨੌਕਰੀ 'ਚ ਕੱਢਣ ਦਾ ਮੇਰੇ ਕੋਈ ਰਾਈਟ ਨਹੀਂ ਹੈਗਾ ਜੀ, ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਵਾਂਗੇ ਜੋ ਵੱਧ ਤੋਂ ਵੱਧ। ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰ ਲਈ ਫਿਰ ਡਿਪਾਰਟਮੈਂਟ? ਨਹੀਂ 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 ਜੀ, ਅੱਜ ਹੀ ਕਾਰਵਾਈ ਹੋਈ। ਚਲੋ, ਅੱਜ ਹੀ ਕਾਰਵਾਈ। ਹਾਂਜੀ ਹਾਂਜੀ, ਅੱਜ ਹੀ।